ਦਰੂਦ ਪੜੋ ਆਲੇ ਮੁਹੰਮਦ ਦੀ ਜ਼ਾਤ ਤੇ ਬੁਲੰਦ ਆਵਾਜ਼ ਦੇ ਨਾਲ। ਅਹਿਬਾਬ ਕਾਫੀ ਬੈਠੇ ਹੋ, ਆਵਾਜ਼ ਘੱਟੇ, ਕੋਸ਼ਿਸ਼ ਕਰੋ ਬਹੁਤ ਬੜੀ ਇਬਾਦਤ ਤੇ ਇਬਾਦਤ ਵਿੱਚ ਸਾਰੇ ਸ਼ਾਮਿਲ ਹੋਵੋ। ਮਿਲ ਕੇ ਸਲਵਾਤ ਉੱਚੀ ਆਵਾਜ਼ ਦੇ ਨਾਲ ਪੜੋ। ਕੁਝ ਬੰਦਿਆਂ ਤਕਲੀਫ ਨਹੀਂ ਕੀਤੀ। ਅੱਠਵੇਂ ਤਾਜਦਾਰੇ ਵਿਲਾਇਤ ਦਾ ਫਰਮਾਨ, ਇਮਾਮ ਫਰਮੈਨ, ਉਸ ਬੰਦੇ ਦਾ ਹੱਥ ਇਸ ਦੁਨੀਆਂ ਤੇ ਕਿਸੇ ਦਾ ਮੁਹਤਾਜ ਨਹੀਂ ਹੁੰਦਾ ਜਿਹੜਾ ਅਸਾਂ 14 ਤੇ ਖੁੱਲ ਦਿਲ ਨਾਲ ਦਰੂਦ ਭੇਜੇ। ਦੁਆ ਹੈ ਆਲ ਮੁਹੰਮਦ ਦਾ ਅਜ਼ੀਮ ਖਾਲਿਕ ਤੁਰੇ ਤੁਰੇ ਕਬੂਲ ਫਰਮਾਵੇ। ਆਲਮੀਨ ਦਾ ਖਾਲਿਕ ਮੇਰੇ ਉਸਤਾਦ ਮੁਹਤਰਮ ਦੀ ਮਿਹਨਤ ਕਬੂਲ ਫਰਮਾਵੇ। ਮੇਰੇ ਕਰੀਮ ਅੱਲਾ ਮੋਮਿਨੀਨ ਜਿੱਥੋਂ ਜਿੱਥੋਂ ਚੱਲ ਕੇ ਆਏ ਨੇ ਇਹਨਾਂ ਦਾ ਇੱਕ ਇੱਕ ਕਦਮ ਚੱਲ ਕੇ ਆਇਆ ਆਪਣੇ ਅਜ਼ੀਮ ਦਰਬਾਰ ਵਿੱਚ ਕਬੂਲ ਫਰਮਾ। ਮੇਰੇ ਅੱਲਾ ਜਿਹੜੇ ਬਿਮਾਰ ਹਨ ਕਰਬਲਾ ਦੇ ਬਿਮਾਰ ਦੀ ਬਿਮਾਰੀ ਦਾ ਵਾਸਤਾ ਹੀ ਉਹਨਾਂ ਨੂੰ ਸਿਹਤਯਾਬ ਫਰਮਾ। ਬੇ ਔਲਾਦਾਂ ਨੂੰ ਹਯਾਤੀਆਂ ਵਾਲੇ ਵਾਰਿਸ ਅਤਾ ਫਰਮਾ। ਇਸ ਦੁਆ ਵਿੱਚ ਸਾਰੇ ਸ਼ਾਮਿਲ ਹੋਵੋ। ਮੇਰਾ ਅੱਲਾ ਸਾਡੀ ਲੱਖਾਂ ਕਰੋੜਾਂ ਦੀ ਇੱਕ ਦੁਆ, ਅਸੀਂ ਵਾਰਿਸ ਦੇ ਹੋਨੇ ਆ, ਬੇਵਾਰਿਸ ਸਰਵੀਨੇ ਆ, ਸਾਡੇ ਹਕੀਕੀ ਵਾਰਿਸ ਦਾ ਜਲਦ ਜ਼ਹੂਰ ਫਰਮਾ। ਕੋਈ ਲੰਬੀ ਚੌੜੀ ਗੁਫ਼ਤਗੂ ਨਹੀਂ, ਜ਼ਾਕਰੀਨ ਢੇਰ ਤਸ਼ਰੀਫ ਫਰਮਾਏ, ਫਕਤ ਹਾਜ਼ਰੀ ਲਵਾਉਣੀ ਹੈ। ਚਾਰ ਸਤਰਾਂ ਜਨਾਬ ਦੇ ਮਿਜ਼ਾਜਾਂ ਦੇ ਹਵਾਲੇ ਕਰਾਂ, ਇੱਕ ਅੱਡ ਕਸੀਦਾ ਤੇ ਯਾ ਅਲੀ ਮਦਦ। ਜਿਸੇ ਤਰਕਾ ਸਮਝ ਲੇ ਵੋ ਅਸਾਸਾ ਔਰ ਹੋਤਾ ਹੈ, ਮੁਹੰਮਦ ਕੀ ਸ਼ਰੀਅਤ ਕਾ ਖੁਲਾਸਾ ਔਰ ਹੋਤਾ ਹੈ। ਸੁਬਹ ਦੀ ਮਜਲਿਸ ਅਜ਼ਾ ਸ਼ੁਰੂ ਹੈ, ਤਕਾਜ਼ਾ ਬਸ਼ਰੀਅਤ ਤੇ ਬੰਦੇ ਥੱਕ ਵੈਂਦੇ ਨੇ, ਲੇਕਿਨ ਮੁਲਤਾਨ ਵਾਲੇ ਉਹ ਮੁਸ਼ਕਿਲ ਉਹਨਾਂ ਵਾਸਤੇ ਨਹੀਂ ਹੁੰਦੀ ਜਿਨ੍ਹਾਂ ਦਾ ਮੁਸ਼ਕਿਲ ਕੁਸ਼ਾ ਅਲੀ ਹੋਵੇ। ਅਗਰ ਗੱਲ ਪਸੰਦ ਆਵੇ ਜ਼ੁਬਾਨ ਹਿਲਾ ਕੇ ਤਾਈਦ ਕਰ ਛੁੜੇ ਤੇ ਵਕਤ ਦੇ ਇਮਾਮ ਨੂੰ ਸਲਾਮ ਕਰ ਦੇਵਣੇ। ਜਿਸੇ ਤਰਕਾ ਸਮਝ ਲੇ ਵੋ ਅਸਾਸਾ ਔਰ ਹੋਤਾ ਹੈ, ਪਹਿਲੇ ਹਲਾਲੀ ਤੋਂ ਲੈ ਕੇ ਉਹ ਆਖਰੀ ਮਵਾਲੀ ਤੱਕ। ਜਿਸ ਬੰਦੇ ਨੂੰ ਗੱਲ ਦੀ ਸਮਝ ਆਈ, ਦਿੱਲੀ 'ਚ ਹੁਸੈਨ ਬਾਦਸ਼ਾਹ ਵਸਦੇ ਹੋਏ ਬੰਦਾ ਜ਼ੁਬਾਨ ਜ਼ਰੂਰ ਹਿਲੇ ਸੀ। ਜਿਸੇ ਤਰਕਾ ਸਮਝ ਲੇ, ਵੇਖੋ ਮੇਰੇ ਪਾਸੇ ਨਿਆਜ਼ੇ ਹੁਸੈਨ, ਜਿਸੇ ਤਰਕਾ ਸਮਝ ਲੇ ਵੋ ਅਸਾਸਾ ਔਰ ਹੋਤਾ ਹੈ, ਮੁਹੰਮਦ ਕੀ ਸ਼ਰੀਅਤ ਕਾ ਖੁਲਾਸਾ ਔਰ ਹੋਤਾ ਹੈ। ਪਿਆਦਾ ਹੁਸੈਨ ਇਬਨੇ ਅਲੀ ਨੇ ਸਰ ਕਟਾ ਕੇ ਯੇ ਬਤਾਇਆ ਹੈ, ਕਿਆ ਸਹਾਬੀ ਔਰ ਹੋਤੇ ਹੈ, ਨਵਾਸਾ ਔਰ ਹੋਤਾ ਹੈ। ਕਿਆ ਬਾਤ ਹੈ ਭਾਈ। ਬਿਸਮਿਲ੍ਲਾ ਕਰ, ਜ਼ਿੰਦਾ ਸਲਾਮਤ। ਹੁਸੈਨ ਇਬਨੇ ਅਲੀ ਨੇ ਸਰ ਕਟਾ ਕੇ ਯੇ ਬਤਾਇਆ ਹੈ, ਸਹਾਬੀ ਔਰ ਹੋਤੇ ਹੈ, ਨਵਾਸਾ ਔਰ ਹੋਤਾ ਹੈ। ਅਊਜ਼ ਬਿੱਲਾਹਿ ਮਿਨਸ਼ ਸ਼ੈਤਾਨ ਰਜੀਮ। ਬਿਸਮਿਲ੍ਲਾਹਿ ਰਹਿਮਾਨ ਅਸਲਾਤੁ ਵਸਲਾਮੁ ਅਲਾ ਅਸ਼ਰਫਿਲ ਅੰਬਿਆ ਵਲ ਮੁਰਸਲੀਨ। ਉੱਚੀ ਸਲਵਾਤ ਪਹਿਲੇ ਜਿਹੜਾ ਦੌਰੇ ਬਾਬਾ ਜੀ, ਇੱਕ ਰੁਪਇਆ ਲਾਉਣਾ ਵੀ ਬੜਾ ਔਖਾ ਹੈ। ਬੰਦੇ ਪੈਸੇ ਲੈਂਦੇ ਹਜ ਤੇ ਵੈਂਦੇ, ਉੱਥੇ ਵੰਜ ਕੇ ਦੁਆ ਮੰਗਦੇ ਨੇ, ਮੇਰਾ ਅੱਲਾ ਮੇਰਾ ਹਜ ਕਬੂਲ ਕਰ। ਜਿਤਨੇ ਪੂਰੀ ਕਾਇਨਾਤ ਵਿੱਚ ਹਾਜੀ ਵਸਦੇ ਨੇ, ਸ਼ੀਆ ਕੌਮ ਦੀ ਨੁਮਾਇੰਦਗੀ ਕਰਕੇ ਮੈਂ ਆਦਾ ਹਾਜੀ, ਹਜ ਵੀ ਕਰ, ਦੁਆ ਵੀ ਮੰਗ, ਲੇਕਿਨ ਮੇਰੀ ਗੱਲ ਜ਼ਿਹਨੀ ਚ ਰੱਖ, ਪਹਿਲੇ ਅਲੀ ਕੇ ਬੁਗਜ਼ ਸੇ ਦਿਲ ਆਪਣਾ ਸਾਫ਼ ਕਰ। ਮਜਲਿਸ ਵਿੱਚ ਬੰਦਾ ਨਹੀਂ ਬੰਦੇ ਦਾ ਅਕੀਦਾ ਬੋਲਦਾ ਹੈ, ਜੇ ਅਕੀਦਾ ਰੱਲੇ ਤੇ ਜ਼ੁਬਾਨ ਹਿਲਾ ਛੁੜੇ, ਪਹਿਲੇ ਅਲੀ ਕੇ ਬੁਗਜ਼ ਸੇ ਦਿਲ ਆਪਣਾ ਸਾਫ਼ ਕਰ, ਫਿਰ ਆਪਣੇ ਉਸ ਗੁਨਾਹ ਕਾ ਤੂੰ ਇਤਰਾਫ਼ ਕਰ, ਅਰਜ਼ ਕਰ ਰਿਹਾ ਹੋ ਜਾਏਗਾ ਕਬੂਲ ਤੇਰਾ ਹਜ, ਮਗਰ ਇਹ ਸੁਣ ਅਲੀ ਕਾ ਨਾਮ ਲੈ ਔਰ ਫਿਰ ਤਵਾਫ। ਜੀਓ ਸੈਯਦ।
جیو پیر مظفر شاہ جی مالک زندگی دراز فرماوے اللہ تسا سارے نو زندگی دے وے جڑے نہیں بولے اللہ ڈبل زندگی دے وے او میرے نال نہیں تے بھائی منتظر مہدی صاحب نال بول پوسے قصیدہ پڑھیے جی کو طبیعت ہے جناب دی قصیدہ استاد محترم دا لکھے ہویا اور انہیں پڑھے اگر جناب دی طبیعت ہوئے تے ایک شعر میں بھی پڑھ دیں جی تھکے نہیں بیٹھے تے ایک جھکی جی سلوات پڑھ سکتے ہو طبیعت ہے جی پڑھیے قصیدہ ہے میرا پیر علی اے حق حق 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 میرا پیر علی اے میرا پیر علی ہے حق حق علی صرف میرا پیر نہیں سارے نا پیر ہے جنہ مولا ہے وہ بندہ زبان ہلا کے تائید ضرور کرسی میرا پیر علی ہے حق لفظ کافی آئے حق اگلی سطری ملتان علی جڑا کافی آنے حق دے نال ریلیٹڈ ہونے او آخری موالی تک ایسا کافی آوے ساریوں دی تھکاوٹ چونی کے علی دے دشمن دے ویڑے چ لگی جاوے جڑے بندے محنت سن لے میرا پیر علی اے حق حق میرا پیر علی اے حق حق ہے حق علی دے نال نال ہے حق علی دے نال نال ہے حق علی دے نال نال پڑھ لے خیر ہوے ہاتھ بلند کر کے علی ولی اللہ نارا حیدری میرا پیر علی حق حق میرا پیر علی حق ہے حق علی دے نال میرا پیر علی ہے حق میرے پاس ریکھا ہے جتنا سونا سن دے پیو ایک لمحہ بھی تھوڑا ضائع نہیں کریں دا میرا پیر علی ہے حق حق بسم اللہ تم بناس تک کافی ذہن اچ رکھا ہے نیاز حسین سر چو خطر تورے حوالے پیا کرے نا علی بادشاہ دی عزت دی علی بادشاہ دی ولایت دی ایڈی وڈی سطر پڑھا ملتان والے او ہر مومن دی پیشانی تے علی ان ولی اللہ دی مہر نظر آوے سوال کرو کیا ہے میرا مولا سر چو تے میں دساواں اللہ سیدا عبد علی رب سونے دا پاک ولی جڑا بندہ نہیں بولیا وہ بندہ مرضی والے کیونکہ کسی دی منت میں نہیں کرنی جڑا بندہ بول سی اپنی آخرت سنوارن واسطے بول سی کسی دی منت نہیں جڑا بندہ بول سی اپنے واسطے کافی ذہنی چوے حق بسم اللہ تو بن آستا سر جاؤ تے علی بادشاہ دی عزت پیا پڑھدا اللہ سیدا عبد علی رب سونے دا پاک ولی اے نبی دا پاک وسیع ہک نہیں ساری جگ سخی میرا پیر علی بے مثال میرا پیر علی بے مثال میرا پیر علی بے مثال تو رکھے تو رکھے بغض علی دے نال تیرے شجرے دے وچ شک شک میرا پیر صدقے بس لانگ پہ بانی
جیو جی زندگی ہوے طبیعت جناب دی خوش ہوئی جی. ایک قصیدہ ہور پڑھیے بس ایک شیر قصیدے دا ایک وین تے یالی مدد جتنا استاد دا حکم ہے بس اتنا پڑھنے اپنے ٹائم دے اندر نوکری مکمل کرنی ہے. ویکھو میرے پاس نیاز حسین ایک گل ہے بڑی قیمتی او گل تن سمجھاونی ہے جس بندے اس گل تے عمل کر لیا اتر گیا جس بندے سر بھی نہیں ہلایا نا میں گل دسنی ہے تے سارے من ویسے بھائی گل بڑی چنگی ہے اجازت ہے پڑھنا شیر قصیدے دا ہے منو تا گل میری ساری چنگی 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 ہے منو تا گل سوال کرو زین عباس او گل ہے کیڑی بندے دے دل وچ علی ماں دی شرافت بن کے گردش کرے تے بندہ ہاتھ رچاوے میرے آون دا فائدہ ناز اپنی تے نہیں علم والے دی دتی ہوئی خیرات تے ناز ہے علی اللہ سر چاوے تے پوچھے زین عباس او گل کیڑی ہے چنگی ہے ہاں ہاں ملو تا گل میری ساری چنگی ہے لکھاں ہزاراں کولو کوڑے مکاراں کولو لکھاں ہزاراں کولو ہوں بولو جی میری مرضی ہے سارے بولو زندگی ہوے ہاتھ بلند کر کے بولو نارا ہے دری تھوڑی زندگی ہوے میں بسم اللہ کرا مالک زندگی دراز فرماوے وقت بالکل گھٹے میں کوشش کرے نہ ملتان علی اوتوں دا لمحہ بھی ضائع نہ کرا نیاز حسین میرے پاس رکھے 5 لاکھ روپیہ لا کے چاچا بندے حج تے وینر اوتھے ونج کے جڑی دل وچ خواہش ہوندی ہے جڑی حسرت ہوندی ہے اونچی دعا بھی نہیں مانگ سکیندی بندہ صرف اتنی دعا مانگدا ہے میرا اللہ میرا حج قبول کر جڑیاں ساڈیاں حسرتیں بندہ اونچی دعا نہیں مانگ سکدا اسی وجہ تو پیاداں وچ مدینے پاک دعا نہیں مانگ سنگ دے وچ مدینے پاک دعا نہیں مانگ سنگ دے ونج کے توڑ فلا تے اذان نہیں مانگ سنگ دے علی اللہ سر چاوے فلا تے اذان نہیں مانگ سنگ دے اللہ رسول ملے جتھا بطول ملے اللہ رسول ملے جتھا بطول ملے وہ حسین دی سواری چنگی ہے آدھا پینڈی ڈھل گیا آخر دہمیدہ بڑی دیر دا ممبر تے بیٹھا وے دھپیاں مسائب دے عاشق لوگو جڑے رومن آئے جتنے سید بیٹھے ہو معافی دے وائے آدھا پینڈی ڈھل گیا آخر دہمیدہ تے تلے خنجر نماز پڑھی گئی اور روین والے لوگوں جے چادر دا عباس ہاسا مل وانے دے نال ہائے نہیں نکل دی غریب بندے کام پہ میں بسم اللہ کر غریب بندے کام میں چاہے کرن والے او جے چادر دا نگران ہا غازی ہوا ظلم دے نال سچ دین دی اجازت پڑھ سکتا او ہر لاش بچاوڑے او پیو گیا اوندی لاش چھڑاوڑ دی گئی او جڑا والا
آس کان زخمی تو شام غریب جی کرا میں بسم اللہ کرا علی دیاں دیاں تھوڑے تے راضی ہوں میرے کوشش کرے نہ جڑے آئے ہو کچھ نہ کچھ پن کے ونجو ایک مہینہ اور کرے نہ مت سارے شامل ہو ونجو ملتان والے ہو جس علی دے میں اتنی عزت پڑی ہے اللہ دی قسم ہے او علی بہ وڈا غریب ہے او علی دا نقصان دساں میں آدم مولوی تینوں تدین مفت مل گیا ہے علی بادشاہ دا بچیا کچھ نہیں پوچھو علی دا نقصان کیڑا ہے روندے اس وجہ تو اے ای علی دا ਜਿਹੜਾ ਪਿਆਸਾ ਕੁਛ ਦਾ ਰਹਿ ਗਿਆ ਦੀ ਢਲਣ ਤੋਂ ਪਹਿਲ ਦੀ ਦਾ ਫੁਰਕ ਲੈ ਗਿਆ ਮਾਤਮ ਨਹੀਂ ਆਂਦਾ ਗਰੀਬਾਂ ਦੇ ਕੰਮ ਵਿੱਚ ਜਿਹੜੇ ਹਲਕੇ ਦੇ ਮਾਤਮੇ ਬੈਠੇ ਹੋ ਸਰ ਦਾ ਪੁਰਸਾ ਜ਼ਰੂਰ ਦਿਵਾਏ ਰੋਂਦੇ ਇਸ ਵਜ੍ਹਾ ਤੂੰ ਬੈਠੇ ਆਏ ਈ ਅਲੀ ਦਾ ਬਚੜਾ ਪਿਆਸਾ ਕੁਛ ਦਾ ਰਹਿ ਗਿਆ ਦੀ ਢਲਣ ਤੋਂ ਪਹਿਲ ਦੀ ਦਾ ਫੁਰਕ ਲੈ ਗਿਆ ਹਏ ਈ ਅਲੀ ਦਾ ਬਚੜਾ ਮਾਤਮ ਕਰੋ ਗਰੀਬਾਂ ਦੇ ਕੰਮ ਵਿੱਚ ਪਹਿਲ ਦੀ ਦਾ ਫੁਰਕ ਲੈ ਗਿਆ ਜੰਗਲ ਵਿੱਚ ਨਬੀ ਦੀ ਸਾਰੀ ਆਲ ਰੁੱਲ ਗਈ ਪਾਗਲੀ ਦੀ ਧੀ ਫਿਰਾਂ ਮਾਈ ਹੁੱਲ ਗਈ ਬਈ ਕੀ ਬਾਤ ਹੈ ਮੈਂ ਬਿਸਮਿਲ੍ਲਾ ਕਰਾਂ ਸਹਾਰਾ ਜਾਈਆਂ ਥੋੜੇ ਤੇ ਰਾਜ਼ੀ ਹੋਵੇ ਨਾ ਚਲੋ ਜਿਹੜਾ ਬੰਦਾ ਅਮੀਰ ਬਣ ਕੇ ਪਿਆ ਸੁਣਦਾ ਹੈ ਜਿਸ ਬੰਦੇ ਹੁਣ ਤੱਕ ਹਾਏ ਨਹੀਂ ਕੀਤੀ ਨਿਆਜ਼ੇ ਹੁਸੈਨ ਮੇਰੇ ਪਾਸ ਲਿਖੇ ਲੁੱਟੀਆਂ ਗਈਆਂ ਅਲੀ ਦੀਆਂ ਦੀਆਂ ਦਾ ਮੁਹਰਮ ਕਰਬਲਾ ਦਾ ਜੰਗਲ ਹੈ ਕਲੀਆਂ ਰਹਿ ਗਈਆਂ ਅਬਾਸ ਦੀਆਂ ਮੁਰਸ਼ਿਦ ਜ਼ਾਦੀਆਂ ਹਮੀਦ ਇਬਨ ਮੁਸਲਿਮ ਰਿਵਾਇਤ ਕਰੇਂਦਾ ਮੈਂ ਅੱਖਾਂ ਨਾਲ ਦਿੱਠਾ ਹੈ ਲਾਸ਼ਾਂ ਤੇ ਘੋੜੇ ਭੱਜਦੇ ਵਧੇ ਆਏ ਇੱਕ 3.5 ਸਾਲ ਦੀ ਬੱਚੀ ਹੈ ਜਿਹੜੀ ਕਹਿ ਵੇਲੇ ਸੱਜੇ ਭਜਦੀ ਹੈ ਕਹਿ ਵੇਲੇ ਖੱਬੇ ਭਜਦੀ ਜਿਹੜੇ ਮਾਤਮੇ ਉਹ ਪੁਰਸਾ ਜ਼ਰੂਰ ਦਿਵਾਏ ਹਮੀਦਾ ਦੇ ਮੈਂ ਡਿੱਠੇ ਬੱਚੀ ਉੱਚੀ ਜਾਤ ਚੜੀਏ ਨਜਫਲ ਪਾਸੇ ਮੂੰਹ ਕਰਕੇ ਬਈ ਵਧਾ ਕੇ ਆਦੀਏ ਦੇਖ ਦਾਦਾ ਖੁਸ਼ੀਆਂ ਦੇ ਤਬਲ ਪੇ ਵੱਜਦੇ ਮੈਂ ਤੇ ਪਿਓ ਦੀ ਲਾਸ਼ ਤੇ ਪੇ ਘੋੜੇ ਭਜਦੇ ਅੱਲਾ ਜਾਣੇ ਯਾਰ ਕਿਹੜਾ ਬੰਦਾ ਜਿਸ ਹੁਣ ਤਾਈਂ ਹਾਇ ਨਹੀਂ ਕੀਤੀ ਬਈ ਵਧਾ ਕੇ ਆਦੀਏ ਦੇਖ ਦਾਦਾ ਖੁਸ਼ੀਆਂ ਦੇ ਤਬਲ ਪੇ ਵੱਜਦੇ ਮੈਂ ਤੇ ਪਿਓ ਦੀ ਲਾਸ਼ ਤੇ ਪੇ ਘੋੜੇ ਭਜਦੇ